ਸਾਹਿਬ ਜੀ ਕਾ ਖਾਲਸਾ। ਆਹ ਵੀਰ ਜਿਹੜਾ ਤੁਸੀਂ ਦੇਖ ਰਹੇ ਹੋ ਸਾਹਮਣੇ ਤੁਹਾਡੇ ਖੜਾ ਜੀ, ਇਹ ਵੀਰ ਆਪਣਾ ਨਾਮ ਜੋਗਿੰਦਰ ਰਾਮ ਦਾ ਜੀ, ਜੋਗਿੰਦਰ ਸਿੰਘ। ਆ ਤੁਸੀਂ ਇਹਨਾਂ ਦਾ ਫੇਸ ਦੇਖ ਸਕਦੇ ਹੋ, ਮੈਲ ਦੇਖ ਸਕਦੇ ਹੋ, ਹੱਥਾਂ ਦੇ ਉੱਤੇ ਨੌਹਾਂ ਦਾ ਹਾਲ, ਅਤੇ ਆ ਵੀਰ ਦੇ ਹੱਥ ਪਜਾਮਾ ਕੁੜਤਾ ਪਜਾਮਾ ਪਾਇਆ ਹੋਇਆ ਵੀਰ ਦੇ, ਅਤੇ ਪੈਰਾਂ ਦੀ ਨੌਹ ਤੁਸੀਂ ਦੇਖ ਸਕਦੇ ਹੋ ਅਤੇ ਕੀ ਹਾਲਾਤ ਆ। ਇਹ ਪੰਜਾਬੀ ਭਰਾ ਆਪਣਾ ਮਿਸਤਰੀਆਂ ਦੇ ਪਰਿਵਾਰ ਨੂੰ ਦੱਸਦਾ ਵੀ ਮੈਂ ਬਿਲੋਂਗ ਕਰਦਾ ਹਾਂ, ਅਤੇ ਅਸੀਂ ਇਸ ਟਾਈਮ ਢੋਲਿਆਂ ਚੌਂਕ ਵਾਲੇ ਪੁਲ 'ਤੇ ਖੜ੍ਹੇ ਹਾਂ ਜੀ, ਲੁਧਿਆਣੇ ਸ਼ਹਿਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਅਤੇ ਅਸੀਂ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਹੀ ਸਾਡੀ ਟੀਮ ਨੂੰ ਸੇਵਾ ਕਰਨ ਦਾ ਮੌਕਾ ਮਿਲਦਾ ਇੱਦਾਂ ਦੀ ਦਾ, ਅਤੇ ਅੱਜ ਵੀ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਸੇਵਾ ਸਾਨੂੰ ਮਿਲੀ ਆ। ਅਤੇ ਅਸੀਂ ਅੱਜ ਜਾ ਰਹੇ ਸੀਗੇ, ਸਾਨੂੰ ਸਾਡੇ ਟੀਮ ਮੈਂਬਰ ਨੇ ਦੱਸਿਆ, ਬਲਵਿੰਦਰ ਸਿੰਘ ਨੇ, ਵੀ ਢੋਲੇਵਾਲ ਚੌਂਕ ਦੇ ਵਿੱਚ ਇੱਕ ਗੁਰ ਸਿੱਖ ਭਰਾ ਵਾ ਸਰਦਾਰ, ਉਹ ਲੱਤਾਂ ਦੇ ਬਾਹਾਂ ਤੋਂ ਬਾਹਰ ਜਾ, ਵੀ ਉਹ ਉੱਥੇ ਭੀਖ ਮੰਗਦਾ, ਬੜੀ ਮਾੜੀ ਹਾਲਤ 'ਚ ਫਿਰਦਾ ਵੀਰ, ਵੀ ਉਹਦੀ ਮਦਦ ਕਰਨੀ ਆ ਆਪਾਂ। ਅਸੀਂ ਉੱਥੇ ਜਾ ਰਹੇ ਸੀ ਅੱਗੇ, ਅਸੀਂ ਅੰਦਰ ਪਾਸ ਨਿਕਲਣ ਲੱਗੇ ਜਦੋਂ ਤਾਂ ਇਹ ਵੀਰ ਉੱਥੇ ਫੁੱਟਪਾਥ ਤੋਂ ਤਿਆਰ ਹੋ ਗਿਆ। ਅਸੀਂ ਇਹਨੂੰ ਵੀਰ ਨੂੰ ਪੁੱਛਿਆ, ਇਹਦੇ ਹਾਲਾਤ ਦੇਖ ਕੇ ਆ ਗਿਆ, ਤੁਸੀਂ ਦੇਖ ਸਕਦੇ ਹੋ ਇਹਦੇ ਹੱਥ ਪੈਰ ਕੱਪੜਿਆਂ ਦਾ ਹਾਲ, ਅਤੇ ਇਹਦੇ ਫੇਸ 'ਤੇ ਮੈਲ, ਜਾਣੀ ਕਿ ਇਹ ਗੱਲ ਦੱਸਦੀ ਆ ਵੀ ਇਹ ਸਿਆਲ ਪੂਰੇ ਇਸੇ ਤਰ੍ਹਾਂ ਹੀ ਨੰਗੇ ਆ ਇਹਦੇ 'ਤੇ ਵੀਰ 'ਤੇ। ਆਹ ਪਜਾਮਾ ਪਾਇਆ ਹੋਇਆ ਜਿਹੜਾ ਵੀਰ 'ਤੇ, ਪੁੱਠਾ ਪਜਾਮਾ ਪਾਇਆ ਹੋਇਆ, ਇੰਨਾ ਮੈਲਾ ਹੋਇਆ ਹੋਇਆ, ਅਤੇ ਜਾਣੀ ਕਿ ਲੈਟਰਿਨ ਬਾਥਰੂਮ ਵਾਲੇ ਹੱਥ ਉਹਨੂੰ ਹੀ ਲਿਬੜੇ ਹੋਏ ਆ, ਨਹਾਉਣ ਦਾ ਧੋਣ ਦਾ ਵੀਰ ਨੂੰ ਬਿਲਕੁਲ ਆਪਣੀ ਮੈਂਟਲੀ ਹਾਲਤ ਇਹਨਾਂ ਦੀ ਠੀਕ ਨਹੀਂ ਹੈਗੀ ਦਿਮਾਗੀ। ਅਤੇ ਅਸੀਂ ਪਤਾ ਕੀਤਾ ਵੀਰ ਤੋਂ, ਪੁੱਛਿਆ ਇਹਨੇ ਆਪਣਾ ਨਾਮ ਜੋਗਿੰਦਰ ਸਿੰਘ ਦੱਸਿਆ, ਅਤੇ ਪਿਤਾ ਜੀ ਦਾ ਨਾਮ ਇਹਨਾਂ ਨੇ ਦੱਸਿਆ ਬਬਲਾ ਸਿੰਘ, ਪਿੰਡ ਭੈਣੀ ਬੜਿੰਗਾ ਦੱਸਿਆ। ਅਸੀਂ ਭੈਣੀ ਬੜਿੰਗਾ ਹੁਣ ਫੋਨ ਵੀ ਲਾਇਆ ਸੀਗਾ ਉੱਥੇ, ਅਤੇ ਸਾਡੇ ਰਿਸ਼ਤੇਦਾਰ ਨੇ ਉੱਥੇ, ਮਾਮਾ ਜੀ ਹੋਣੇ ਆ ਸਾਡੇ, ਅਤੇ ਉਹਨਾਂ ਨੂੰ ਗੱਲ ਕੀਤੀ ਸੀ, ਅਤੇ ਉਹਨਾਂ ਨੇ ਸਾਨੂੰ ਦੱਸਿਆ ਵੀ ਇਹ ਮਿਸਤਰੀ ਪਰਿਵਾਰ ਨਾਲ ਬਿਲੋਂਗ ਕਰਦਾ ਵਾ, ਉਹ ਘਰ ਵੀ ਗਏ ਆ, ਹੁਣ ਉਹਨਾਂ ਦੇ ਜਾ ਰਹੇ ਆ, ਜਾ ਕੇ ਗੱਲ ਕਰਨਗੇ ਇਹਨਾਂ ਦੇ ਪਰਿਵਾਰ ਨਾਲ ਵੀ। ਅਤੇ ਮੈਂਟਲੀ ਉਹਨਾਂ ਨੇ ਦੱਸਿਆ ਵੀ ਇਹਦੀ ਹਾਲਤ ਕਾਫੀ ਜ਼ਿਆਦਾ ਠੀਕ ਨਹੀਂ, ਇੱਦਾਂ ਹੀ ਘੁੰਮਦਾ ਇਹ। ਅਤੇ ਇਹ ਵੀਰ ਦਾ ਹਾਲਾਤ ਦੱਸਦੇ ਆ ਵੀ ਇਹ ਬਾਕੀ ਦਾ ਮਾਰਿਆ ਹੋਇਆ ਸਮੇਂ ਦਾ, ਇਹਨੂੰ ਇਲਾਜ ਨਹੀਂ ਹੋਇਆ ਸਹੀ, ਪਰਿਵਾਰ ਨੇ ਇਲਾਜ ਨਹੀਂ ਕਰਾਇਆ ਜਾਂ ਪਰਿਵਾਰ ਦੇ ਅੱਖ ਨਹੀਂ ਲੱਗੇ, ਇਹ ਸਾਰੀਆਂ ਚੀਜ਼ਾਂ ਕਿਸੇ ਨਾ ਕਿਸੇ ਤਰੀਕੇ ਤੁਹਾਨੂੰ ਪਤਾ ਕਿੱਦਾਂ ਹੁੰਦੀ ਹੈ, ਕਈ ਵਾਰੀ ਇਹ ਚੀਜ਼ ਬਹਾਨਾ ਹੀ ਬਣ ਜਾਂਦੀ ਆ ਵੀ ਸਾਨੂੰ ਮਿਲੇ ਪਿੱਛੇ ਜੇ MBD ਮੌਲ ਕੋਲ, ਤਾਂ ਉਹਨਾਂ ਦੇ ਪਰਿਵਾਰ ਨੂੰ ਅਸੀਂ ਜਦੋਂ ਉਹਨਾਂ ਨੂੰ ਬਾਬਾ ਬਜ਼ੁਰਗਾਂ ਨੂੰ ਮਿਲੇ, ਬਹੁਤ ਮਾੜੀ ਹਾਲਤ, ਉਹਨਾਂ ਕੇਸਾਂ ਦਾ ਹਾਲ, ਐਡੇ ਐਡੇ ਗੁੱਛੇ ਬਣੇ ਹੋਏ, ਬਾਬਾ ਜੀ 1.5 ਸਾਲ ਤੋਂ ਨਹਾਤੇ ਨਹੀਂ ਹੋਏ ਸੀ, ਬੜੇ ਮਾੜੇ ਹਾਲਾਤ ਸੀਗੇ, ਅਸੀਂ ਇਸ਼ਨਾਨ ਕਰਾਇਆ, ਕੇਸ ਸਾਫ਼ ਕੀਤੇ, 2 ਦਿਨ ਬਾਬਾ ਜੀ ਦੇ ਪਰਿਵਾਰ ਲੰਘ ਗਿਆ। ਤਾਂ ਪਰਿਵਾਰ ਨੂੰ ਅਸੀਂ ਪੁੱਛਿਆ ਵੀ ਇੱਦਾਂ ਕਾਹਦੋ, ਕਹਿੰਦੇ ਸਾਡੇ ਅੱਖੇ ਨਹੀਂ ਲੱਗਦਾ ਇਹ ਨਹਾਉਂਦਾ ਨਹੀਂ, ਵੀ ਅਸੀਂ ਕਹਿੰਦੇ ਨਾਲਾ ਇਹ ਨਾ ਮੰਨਦਾ ਨਹੀਂ। ਤਾਂ ਮੈਂ ਉਹਨਾਂ ਦੀ ਲਾਲ ਸੀ ਜਿਹੜੀ, ਉਹਨਾਂ ਨੂੰ ਅਸੀਂ ਪੁੱਛਿਆ ਵੀ ਜਦੋਂ ਤੁਸੀਂ ਛੋਟੇ ਹੁੰਦੇ ਨਹੀਂ ਨਹਾਉਂਦੇ ਸੀਗੇ ਜਾਂ ਉਦੋਂ ਤੁਹਾਡੇ ਨਾਲ ਇਹ ਕਿਵੇਂ ਕਰਦੇ ਸੀ, ਕੀ ਇਹ ਤੁਸੀਂ ਇੱਦਾਂ ਹੀ ਫਿਰਦੇ ਰਹਿੰਦੇ ਸੀ ਫਿਰ? ਅਤੇ ਉਹੀ ਹਾਲ ਇਹ ਆ ਵੀ ਇਹ ਵੀਰ ਆ, ਇਹਦੇ ਹਾਲਾਤ ਹੁਣ ਇਹਦੇ ਕਰਕੇ ਆ ਜਾਂ ਉਹਨਾਂ ਕਰਕੇ ਆ ਜਾਂ ਇਸ ਪਤਾ ਨਹੀਂ ਕਿਉਂ, ਪਰ ਹਾਲਾਤ ਬਹੁਤ ਮਾੜੇ ਆ। ਅਸੀਂ ਮਨੁੱਖਤਾ ਦੀ ਸੇਵਾ, ਸਭ ਤੋਂ ਵੱਡੀ ਸੇਵਾ NGO ਕਾਲਜ, ਤੁਹਾਨੂੰ ਸਾਰਿਆਂ ਨੂੰ ਜਿਵੇਂ ਪਤਾ, ਮੈਂ ਗੁਰਪ੍ਰੀਤ ਸਿੰਘ, ਸਾਡੀ ਟੀਮ ਅੰਮ੍ਰਿਤ ਵੀਡੀਓ ਬਣਾ ਰਿਹਾ ਵਾ, ਅਤੇ ਸਾਨੂੰ ਬੜਾ ਦੁੱਖ ਲੱਗਿਆ ਵੀ ਇੱਥੇ ਹਾਲਤ ਦੇਖ ਕੇ, ਦੱਸ ਜੋ ਪੰਜਾਬੀ ਭਰਾ ਸਾਡਾ ਇਸ ਹਾਲਤ 'ਚ ਬੈਠਾ ਹੋਵੇ, ਅਤੇ ਆ ਪੈਸੇ ਕਹਿੰਦਾ ਮੈਂ ਸੋਡਾ ਪੀਣਾ, 100 ਰੁਪਇਆ ਮੈਂ ਕੱਢ ਕੇ ਦੇਤਾ, 100 ਰੁਪਇਆ ਉੱਥੇ ਫੜਿਆ, ਸੋਡਾ ਪੀ ਲਿਆ। ਇਹ ਵੀਰ ਦੱਸਦੇ ਬਾਈ ਜੀ ਨੇ, ਇਹਨਾਂ ਨੇ ਵੀ ਕਦੇ ਦੇਖਿਆ ਇਹਨਾਂ ਨੂੰ ਦੁਕਾਨ 'ਤੇ ਖੜ੍ਹੇ, ਅਸੀਂ ਆਂਢ ਗੁਆਂਢ ਵੀ ਇਹ ਕਦੇ ਕੋਈ ਗਲਤ ਕੰਮ ਜਾਂ ਕੋਈ ਕਰਦਾ ਇਹੋ ਜਿਹਾ ਕਦੇ ਪਾਇਆ ਨਹੀਂ ਗਿਆ। ਪਰ
ਦਿਮਾਗੀ ਨਾ ਠੀਕ ਹੋਣ ਕਰਕੇ ਸਿਰ 'ਤੇ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਾਂ ਅਤੇ ਅਸੀਂ ਕੋਸ਼ਿਸ਼ ਕਰਾਂਗੇ ਸਾਡੀ ਟੀਮ ਅਸੀਂ ਹੁਣ ਇਹਨਾਂ ਨੂੰ ਨਾਲ ਲੈ ਕੇ ਚੱਲੇ ਹਾਂ ਗੁਰੂ ਮਹਾਰਾਜ ਕਿਰਪਾ ਕਰਦੇ ਉਹਨਾਂ ਦੀ ਸਿਹਤ ਜਾਪੀ ਵਾਸਤੇ ਅਸੀਂ ਭੈਣਾਂ ਭਰਾਵਾਂ ਨੂੰ ਕਹਿੰਦੇ ਹਾਂ ਵੀ ਅਰਦਾਸ ਕਰੋ ਵੀ ਠੀਕ ਹੋ ਜਾਣ ਆਪਣੇ ਪਰਿਵਾਰ 'ਚ ਪਹੁੰਚ ਸਕਣ ਆਪਣੀ ਨੋਰਮਲ ਜ਼ਿੰਦਗੀ ਜਿਉਂ ਸਕਣ ਅਤੇ ਇਹਨਾਂ ਦੀ ਜਿਹੜੀ ਇਹ ਹਾਲਾਤ ਨੇ ਕਿ ਇਹਨਾਂ ਨਾਲ ਅਸੀਂ ਕਾਹਤੋਂ ਪਹੁੰਚਦੇ ਆਪਣੀ ਲੋਕਾਂ ਦੀ ਅਵੇਅਰਨੈਸ ਘੱਟ ਹੋਣ ਕਰਕੇ ਕਿਉਂਕਿ ਜੇ ਪਹਿਲਾਂ ਹੀ ਬੰਦੇ ਨੂੰ ਪਿੰਡ ਘਰਦਿਆਂ ਵੱਲੋਂ ਜਾਂ ਪਿੰਡ ਲੈਵਲ 'ਤੇ ਜਾਂ ਰਾਏਕੋਟ ਸ਼ਹਿਰ ਆ ਜਿੱਥੇ ਰਹਿੰਦਾ ਕਹਿੰਦਾ ਵੀ ਰਾਏਕੋਟ ਸ਼ਹਿਰ ਕਾਫੀ ਚੱਲ ਰਿਹਾ ਉੱਥੇ ਹੀ ਅਵੇਅਰਨੈਸ ਕੀਤੀ ਜਾਂਦੀ ਕੋਈ ਇਲਾਜ ਕਰਵਾ ਦਿੰਦਾ ਜਾਂ ਇਹਨਾਂ ਦੀ ਹੈਲਪ ਕਰ ਦਿੰਦਾ ਜਿਹੜੀ ਜਿਵੇਂ ਕਹਿ ਸਕਦੀ ਹੈ ਵੀ ਇੱਕ ਤਰਸਯੋਗ ਹਾਲਤ ਦੇ ਵਿੱਚ ਇਹਨਾਂ ਨੂੰ ਜਿਉਣਾ ਨਾ ਪੈਂਦਾ ਹੁਣ ਪਤਾ ਨਹੀਂ ਕਿਵੇਂ ਜ਼ਿੰਦਗੀ ਕੱਢ ਰਹੇ ਆ ਕਿਸ ਹਾਲਾਤਾਂ ਦੇ ਵਿੱਚ ਆ ਵੀ ਰਹੇ ਕਿੱਦਾਂ ਰਾਤਾਂ ਨਿਕਲਦੀਆਂ ਕਿੱਦਾਂ ਸਿਆਲ ਲੰਘੇ ਆ ਕਿਵੇਂ ਗਰਮੀਆਂ ਲੰਘਣੀਆਂ ਸੀ ਇਹਨਾਂ ਦੀਆਂ ਇਹਦੇ ਬਾਰੇ ਆਪਾਂ ਕੋਈ ਅੰਦਾਜ਼ਾ ਨਹੀਂ ਲਾ ਸਕਦੇ ਕਿਉਂਕਿ ਜਿਹੜੀ ਜ਼ਿੰਦਗੀ ਹੰਢਾ ਰਹੇ ਆ ਉਹ ਰੱਬ ਕਿਸੇ ਨੂੰ ਦੇਵੇ ਨਾ ਇੱਦਾਂ ਦੀ ਜ਼ਿੰਦਗੀ ਅਤੇ ਅਸੀਂ ਇੰਨੀ ਬੇਨਤੀ ਕਰਦੀ ਸੀਗੀ ਇਹ ਵੀਰ ਦਾ ਨਾਮ ਜਗਿੰਦਰ ਸਿੰਘ ਆ ਅਤੇ ਉਹਦਾ ਨਾਮ ਬਬਲਾ ਸਿੰਘ ਦੱਸਦੇ ਆ ਪਿੰਡ ਭੈਣੀ ਰਿੰਗਾਂ ਦੱਸਦੇ ਆ ਜੀ ਰਾਏਕੋਟ ਦੇ ਕੋਲ ਆ ਜੀ ਜੇ ਕੋਈ ਵੀਰ ਪਛਾਣਦਾ ਵੀ ਹੋਵੇ ਸਾਡਾ ਨੰਬਰ 97-8030-0073 'ਤੇ ਸੰਪਰਕ ਵੀ ਕਰ ਸਕਦਾ ਜੀ ਅਸੀਂ ਹੁਣ ਵੀਰ ਨੂੰ ਆਪਣੇ ਆਸ਼ਰਮ ਉੱਥੇ ਲੈ ਕੇ ਚੱਲੇ ਹਾਂ ਸ਼ੈਲਟਰ ਨੂੰ ਉੱਥੇ ਲਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ